ਜੀ ਅਸਲਾਮ ਵਾਲੇਕੁਮ ਤਮਾਮ ਬੈਲ ਭੈਣ ਵੀਰਾਂ ਦਾ ਕੀ ਹਾਲ ਚਾਲ, ਮਿਹਨਤ ਕਰਨੀ ਤੁਸੀਂ ਠੀਕ ਠਾਕ ਹੋ, ਅੱਲਾ ਪਾਕ ਸ਼ੁਕਰ ਅਸੀਂ ਠੀਕ ਠਾਕ ਹੈ। ਸਾਡੀ ਦੁਆ ਜਿੱਥੇ ਵੀ ਰਹੋ, ਖੁਸ਼ ਅਤੇ ਆਬਾਦ ਰਹੋ, ਹੱਸਦੇ ਰਹੋ, ਮੁਸਕੁਰਾਉਂਦੇ ਰਹੋ। ਜੋ ਕੋਈ ਬਹਿਣ ਵੀਰਾ ਬਿਮਾਰ ਹੈ, ਅੱਲਾ ਪਾਕ ਨੂੰ ਸ਼ਿਫਾ ਦੇ, ਤੰਦਰੁਸਤੀ ਵਿਕਾਰ ਬਸ ਬਤਾ ਰਹਿਣ ਤਾ ਫਰਮਾਵੇ। ਜੋ ਕੋਈ ਔਲਾਦ ਹੈ, ਅੱਲਾ ਪਾਕ ਨੂੰ ਔਲਾਦ ਤਾ ਫਰਮਾਵੇ। ਜੋ ਕੋਈ ਰਿਜ਼ਕ ਹੈ, ਅੱਲਾ ਪਾਕ ਰਿਜ਼ਕ ਤਾ ਫਰਮਾਵੇ। ਜੋ ਕੋਈ ਬਹਿਣ ਵੀਰਾ ਪਰੇਸ਼ਾਨ ਹੈ, ਅੱਲਾ ਪਾਕ ਨੂੰ ਪਰੇਸ਼ਾਨੀ ਦੂਰ ਤਾ ਫਰਮਾਵੇ। ਅੱਜ ਦਾ ਵਲਾ ਕਰਨੀ ਸ਼ੁਰੂ, ਅੱਲਾ ਪਾਕ ਦਾ ਨਾਮ ਲੈ ਕੇ। ਨਾਸ਼ਤਾ ਗੱਸਾਂ ਕਰਨ ਲੱਗੇ ਨੇ ਬੱਚੇ, ਅਤੇ ਆਟਾ ਹੀ ਮੈਂ ਗੁੰਨ ਰਹੀ ਹਾਂ। ਮੈਂ ਪੈਸੇ ਨਾਲ ਨਾ ਰੋਟੀਆਂ ਬਣਾ ਲਈ ਸੈਂਕ, ਜਿਹੜੀ ਬੱਚੇ ਨੇ ਛੋਟੇ ਗਲਾਸ ਹੋ ਜਾਂਦੇ ਖਾ ਲਈ ਸੀ। ਜਿਹੜੀ ਚਾਹ ਹੈਗੀ ਨਾ ਸ਼ਾਮ ਦੀ ਆਈ, ਉਹ ਬਾਅਦ ਚੁੱਕੀ ਲਾ ਕੇ ਨਾ ਮੈਂ ਨਹੀਂ ਪਾ ਰਹੀ, ਆਪ ਪਾ ਕੇ ਵੀ ਲੱਗੇ। ਮੈਂ ਰੋਟੀਆਂ ਬਣਾ ਲਈ ਸੀ, ਰੋਟੀ ਚਾਹ ਹੁੰਦੀ ਹੈ। ਅੱਜ ਬੱਚੇ ਨੇ ਰਸ ਲੈ ਲੈਣ, ਸ਼ਾਦੀਆਂ ਕੋਈ ਗੱਲ ਪੈਸੇ ਮਿਲ ਗਈਆਂ ਤਾਂ ਸ਼ਾਦੀ ਅੱਜ ਮੈਂ ਬੜੇ ਖੁਸ਼ ਹੋ ਗਏ ਨਾਸ਼ਤਾ ਖਾ ਰਹੇ ਹਾਂ। ਹਾਂਜੀ, ਅਤੇ ਨਾ ਘਰ ਦੀ ਸਫਾਈ ਮੈਂ ਕਰ ਲਈ ਸਾਰੀ, ਕਿਉਂਕਿ ਬੱਚਿਆਂ ਨੇ ਸੁਬਹਾ ਰਸ ਅਤੇ ਚਾਹ ਖਾਧੇ ਸੀ, ਪੀਤੇ ਸੀ, ਅਤੇ ਹੁਣ ਤੰਦੂਰ ਬਾਲਿਆ ਰੋਟੀਆਂ ਨਾ ਮੈਂ ਕਦੋਂ ਦੁਪਹਿਰ ਦੀਆਂ ਤੰਦੂਰ 'ਤੇ ਲਾ ਲੈਂਦੀ ਹਾਂ, ਕਿਉਂਕਿ ਸ਼ਾਜ਼ੀਆ ਜਿਹੜੀ ਨਾ ਉਹ ਕੰਮ 'ਤੇ ਕੋਈ ਨਹੀਂ ਗਈ, ਗਾਰ ਹੀ ਹੈਗੀ। ਹੁਣ ਜਿਹੜੀ ਦੁੱਧ ਪੈ ਗਈ ਨਾ ਉਹ ਬਹੁਤ ਜ਼ਿਆਦਾ ਆ ਗਈ, ਅਤੇ ਮੈਂ ਨਾ ਬੱਕਰੀਆਂ ਨੂੰ ਬਾਲ ਲਵਾਂ ਛਾਂ 'ਤੇ, ਅਤੇ ਉਹਨਾਂ ਨੂੰ ਪਾਣੀ ਵੀ ਪਿਵਾ ਲਵਾਂ, ਫਿਰ ਉਹਨਾਂ ਵਾਸਤੇ ਨਾ ਪੱਠੇ ਵਾੜ ਕੇ ਲਾਇਆ ਮੈਨੂੰ। ਹਾਂਜੀ, ਅਤੇ ਨਾ ਬੱਕਰੀਆਂ ਨੂੰ ਮੈਂ ਪਾਣੀ ਪਿਵਾ ਲਿਆ, ਛਾਂ 'ਤੇ ਵੀ ਬੰਨ ਦਿੱਤੀਆਂ ਨੇ, ਅਤੇ ਨਾ ਆਹਿਸਤਾ ਆਹਿਸਤਾ ਫਿਰ ਦੁੱਧ ਪਾ ਜਾ ਸੀ, ਕਿਉਂਕਿ ਉਹਨਾਂ ਨੂੰ ਦੁੱਧ ਪੈ ਗਈ ਹੈ, ਅਤੇ ਅੱਗੀਆਂ ਛਾਂ 'ਤੇ ਖਲਣਾ, ਅਤੇ ਨਾ ਹੁਣ ਇਹਨਾਂ ਵਾਸਤੇ ਮੈਂ ਪੱਠੇ ਲੈ ਲਈ, ਕਿਉਂਕਿ ਬੁੱਕੀਆਂ ਖਾਈਆਂ ਸ਼ੁਰੂ ਹੋ ਗਈਆਂ। ਪੱਠੇ ਗਿਆ ਅਤੇ ਮੈਂ ਪੱਠੇ ਵੱਢਣ ਆ ਗਈ ਹਾਂ, ਇਹ ਸਾਡੇ ਪੱਠੇ ਜਿਹੜੇ ਨਾ ਥੋੜ੍ਹੇ ਜਿਹੇ ਖਲੇ ਨੇ, ਅਤੇ ਆ ਬਾਕੀ ਦੂਸਰੇ ਉਹਨਾਂ ਦੇ ਹੈਗੇ ਨੇ ਡੰਗਰ, ਜੋ ਕਿਉਂਕਿ ਉਹਨਾਂ ਕੋਲ ਬਹੁਤ ਜ਼ਿਆਦਾ ਨੇ, ਉਹਨਾਂ ਨੂੰ ਪੱਠੇ ਪਾਉਂਦੇ ਨੇ, ਅਤੇ ਨਾ ਉਹਨਾਂ ਕਿਹਾ ਅਸੀਂ ਵੱਢ ਲਈਏ ਪੱਠੇ, ਕਿਉਂਕਿ ਅੱਜ ਸ਼ਾਜ਼ੀਆ ਨੂੰ ਨਾ ਛੁੱਟੀ ਗਈ ਕੰਮ 'ਤੇ, ਸ਼ਾਜ਼ੀਆ ਕੋਈ ਨਹੀਂ ਗਈ, ਤਾਂ ਵਾਸਤੇ ਮੈਂ ਕਿਹਾ ਅਸੀਂ ਨਾ ਅੱਜ ਰਲ ਕੇ ਕੰਮ ਵੀ ਕਰ ਲਈਏ, ਅਤੇ ਪੱਠੇ ਵੀ ਵੱਢ ਲਈ ਐਂ ਸ਼ਾਜ਼ੀਆ, ਅਤੇ ਨਾ ਸੁਬਹਾ ਕਿਉਂਕਿ ਸ਼ਾਜ਼ੀਆ ਨੇ ਜਾਣਾ ਹੈ ਹੁਣ ਲੈ ਜਾਂਦੀ ਬੱਕਰੀਆਂ ਨੂੰ ਪਾਉਂਦੀ ਹਾਂ, ਫਿਰ ਤੰਦੂਰ ਬਾਲ ਜਾ ਸੀ, ਉਨੀ ਦੇਰ ਰੋਟੀਆਂ ਲਾ ਲਈ, ਬੱਕਰੀਆਂ ਨੂੰ ਬਾਹਰ ਦਿੱਤੇ ਬੱਕਰੀਆਂ।
ਨੂੰ ਖਾ ਰਹੇ ਹਨ ਕਿਉਂਕਿ ਇਸ ਤੇ ਅਜੇ ਧੁੱਪ ਹੀ ਹੈਗੀ ਹੈ ਅਤੇ ਇਹਦਾ ਇਹ ਹੁਣ ਇਕੱਠੇ ਖਾ ਰਹੇ ਸਨ ਮੈਂ ਜਿਹੜੀਆਂ ਨਾ ਤੰਦੂਰ ਮੈਂ ਬਾਲ ਕੇ ਗਈ ਆ ਸੀ ਅੱਗੇ ਜਦੋਂ ਇਕੱਠੇ ਵੱਢਣ ਗਈਆਂ ਨਾ ਅਤੇ ਹੁਣ ਵੇਖਦੀ ਹਾਂ ਵੀ ਤੰਦੂਰ ਬਾਲ ਗਏ ਨਾ ਅਤੇ ਰੋਟੀਆਂ ਲਾ ਲਈਆਂ ਹਾਂਜੀ ਤੇਰਾ ਤੰਦੂਰ ਜਿਹੜਾ ਨਾ ਅਜੇ ਬਲਦਾ ਪਿਆ ਬਾਲ ਕੇ ਗਈ ਅਸੀਂ ਜਦੋਂ ਪੱਕੀ ਨੇ ਇਕੱਠੇ ਲੈਣ ਗਈ ਨਾ ਉਸ ਟਾਈਮ ਬਾਲ ਦਿੱਤਾ ਹੀ ਬੱਚੇ ਬਾਲ ਰਿਹਾ ਬਲਦਾ ਫਿਰ ਰੋਟੀਆਂ ਲਾ ਲੈਂਦੀ ਨਾ ਕੋਈ ਸਾਲਣ ਬਣਾ ਲੈਂਦੀ ਹਾਂ ਹਾਂਜੀ ਤੇਰਾ ਤੰਦੂਰ ਜਿਹੜਾ ਬਲ ਗਿਆ ਲਾ ਰਹੀ ਹਾਂ ਮਾਸ਼ਾਅੱਲਾ ਪੱਕ ਗਈ ਹਾਂਜੀ ਤੇ ਨਾ ਰੋਟੀਆਂ ਜਿਹੜੀਆਂ ਨਾ ਉਹ ਮੈਂ ਬਣਾ ਲਈਆਂ ਤੰਦੂਰ ਇੱਥੇ ਆ ਗਈਆਂ ਲੈ ਕੇ ਕਿਉਂਕਿ ਇੱਥੇ ਅਜੇ ਛਾਂ ਹੈਗੀ ਆ ਦੀਵਾਰ ਦੀ ਅਤੇ ਰੋਟੀਆਂ ਤਾਂ ਮੈਂ ਦੁੱਧ 'ਤੇ ਲਾਈਆਂ ਨੇ ਬੜੀ ਅੱਜ ਗਰਮੀ ਦੀ ਦੁੱਧ ਹੈਗੀ ਤੰਦੂਰ 'ਤੇ ਕਿਉਂਕਿ ਜਿਹੜਾ ਸੁਬਹਾ ਦਾ ਨਾਸ਼ਤਾ ਹੈ ਨਾ ਉਹ ਅਸੀਂ ਅੱਜ ਦੁਪਹਿਰ ਨੂੰ ਕਰਨਾ ਕਿਉਂਕਿ ਸੁਬਹਾ ਅਸੀਂ ਥੋੜ੍ਹਾ ਜਿਹਾ ਕੰਮ ਹੈਗਾ ਜੀ ਜ਼ਿਆਦਾ ਉਹ ਕੀਤਾ ਤਾਂ ਉਹ ਵਾਸਤੇ ਸਾਨੂੰ ਨਾਸ਼ਤਾ ਲੇਟ ਹੋ ਗਿਆ ਅਤੇ ਕੀਤਾ ਮੈਂ ਤਾਂ ਨਾਲ ਨਾ ਆਲੂਆਂ ਦਾ ਨਾ ਸਾਲਣ ਬਣਾ ਲੈਂਦੀਆਂ ਰੋਟੀਆਂ ਮੇਰੀਆਂ ਬਣ ਗਈਆਂ ਤਵੇ 'ਤੇ ਲੇਟ ਹੋ ਜਾਣੀਆਂ ਤੰਦੂਰ 'ਚ ਮੈਂ ਜਲਦੀ ਬਣ ਜਾਂਦੀਆਂ ਨਾਲ ਤਵੇ ਦੀ ਨਾ ਨਹੀਂ ਅੱਛੀ ਲੱਗਦੀ ਦੁਪਹਿਰ ਨੂੰ ਤਾਂ ਵਾਸਤੇ ਮੈਂ ਤੰਦੂਰ 'ਤੇ ਬਣਾ ਲਈਆਂ ਰੋਟੀ ਸਾਲਣ ਜਿਹੜਾ ਤਿਆਰ ਹੋ ਗਿਆ ਸਾਲਣ ਹੀ ਮੈਂ ਬਣਾ ਲਿਆ ਅਤੇ ਬੱਚਿਆਂ ਦੇ ਦਿੱਤੀ ਬੱਚੇ ਖਾਂਦੇ ਪਏ ਨੇ ਕਿਉਂਕਿ ਉੱਥੇ ਛਾਂ ਹੈਗੀ ਕੋਈ ਨਹੀਂ ਕਮਰੇ 'ਚ ਨਹੀਂ ਪਵਿੰਦਾ ਗਰਮੀ ਬਹੁਤ ਜ਼ਿਆਦਾ ਹੈ ਤਾਂ ਵਾਸਤੇ ਮੈਂ ਇਸ ਛੱਪਾ ਰੇਠੇ ਨਾਲ ਲੈ ਆਉਂਦਾ ਬੱਚਿਆਂ ਨੂੰ ਰੋਟੀ ਖਵਾਉਣ ਵਾਸਤੇ ਅਤੇ ਇੱਥੇ ਕਿਉਂਕਿ ਹੁਣ ਬਸ ਕਿਉਂਕਿ ਨਾ ਕੰਮ ਸ਼ਾਮੀ ਕਰੀਏ ਤਾਂ ਪੱਖਾ ਵੀ ਕੋਈ ਨਹੀਂ ਹੁੰਦਾ ਚਲੋ ਬੰਦਾ 10 ਮਿੰਟ ਪੱਖੇ ਦੀ ਹਵਾ 'ਤੇ ਬਹਿ ਜਾਂਦਾ ਜਿਹੜੀ ਹਵਾ ਖੁੱਲਦੀ ਹੈ ਨਾ ਉਹ ਸਾਨੂੰ ਬਸ ਗਰਮੀ ਹੁੰਦੀ ਹੈ ਦੁਪਹਿਰ ਦੀ ਰੋਟੀ ਜਿਸ ਮੇਰੇ ਬਹਿਣ ਵੀ ਰਾਹ ਖਾਣੀ ਸਾਡੇ ਨਾਲ ਜੀ ਵੀ ਸਮੀਨਾ ਖਾ ਸਕਦੇ ਹੋ ਖਾ ਲਈਏ ਅਤੇ ਬੱਚਿਆਂ ਨੂੰ ਖਵਾ ਲਈਏ ਅਤੇ ਬੱਚੇ ਹੁਣ ਜਿਹੜੇ ਨਾ ਗਾਹ ਹੀ ਹੈਗੇ ਨੇ ਅਤੇ ਮੈਂ ਜਾ ਰਹੀ ਹਾਂ ਜਿਹੜੇ ਤੰਦੂਰ ਦਿੱਤੇ ਉਹਨਾਂ ਦੇ ਦਾਣੇ ਲੈ ਦਾਣੇ ਵਾਲੇ ਕਿਉਂਕਿ ਦੋ ਵੀ ਅੱਜ ਬੜੀ ਜ਼ਿਆਦਾ ਹੈਗੀ ਅਤੇ ਗਰਮੀ ਵੀ ਕਿਉਂਕਿ ਬੱਚੇ ਜਿਹੜੇ ਨਾ ਗਾਹ ਹੀ ਹੈਗੇ ਮੈਂ ਦਾਣੇ ਲੈ ਕੇ ਆ ਜਾ ਮੈਂ ਦਾਣੇ ਲੈਣ ਗਈ ਸੀ ਅਤੇ ਦਾਣੇ ਕਿਉਂਕਿ ਕੋਈ ਨਹੀਂ ਮਿਲੇ ਅਤੇ ਨਾ ਉਹਨੇ ਸੁਬਹਾ ਦਾ ਨਾਮ ਲਿਆ ਕਿਉਂਕਿ ਸੁਬਹਾ ਨਾਮ ਸਾਂਝ ਰਿਹਾ ਕੇ ਲੈ ਜਾਵੀ ਕਿਉਂਕਿ ਨਾ ਬਹੁਤ ਜ਼ਿਆਦਾ ਪਾਣੀ ਪਿਆ ਦੁੱਖ ਵੀ ਬੜੀ ਜ਼ਿਆਦਾ ਸੀ ਜਿਸ ਪਿੰਡ ਵਿੱਚ ਲੈਣ ਗਈਆਂ ਦਾਣੇ ਕਿਉਂਕਿ ਹੁਣ ਸੁਬਹ ਜਾ ਸਾਂ ਇੱਕ ਧੁੱਪ ਵੀ ਬੜੀ ਜ਼ਿਆਦਾ ਹੀ ਤੁਹਾਨੂੰ ਪਿਆਸ ਜਿਹੜੀ ਉਹ ਵੀ ਬਹੁਤ ਜ਼ਿਆਦਾ ਲੱਗੀ ਖਲੀ ਕਿਉਂਕਿ ਪੈਦਲ ਜਾਣਾ ਪਿਆ ਟੁਰ ਕੇ ਤਾਂ ਵਾਸਤੇ ਨਾ ਗਰਮੀ ਵੀ ਬਹੁਤ ਜ਼ਿਆਦਾ ਹੈਗੀ ਹੁਣ ਮੈਂ ਘਰ ਪਹੁੰਚੀ ਆਈ ਚਾਵਲ ਜਿਹੜੀ ਸ਼ਾਦੀ ਹੈ ਨਾ ਉਹ ਦੱਸਣ 6 ਵਜੇ ਅਤੇ ਚਾਵਲ ਇਵੇਂ ਲੈ ਆਉਂਦੇ ਨੇ ਦੁਕਾਨ ਤੋਂ ਕਿਉਂਕਿ ਟੋਟਾ ਲੈ ਆਉਂਦਾ ਸੀ ਜਿਹੜੇ ਦੂਸਰੇ ਅੱਛੇ ਚਾਵਲ ਉਹ ਤੁਸੀਂ ਕੋਈ ਨਹੀਂ ਲਏ ਕਿਉਂਕਿ ਆਲੂ ਜਿਹੜੇ ਨਾ ਉਹ 6 ਵਜੇ ਮੈਂ ਆਲੂਆਂ ਲਾਉਣਾ ਪੁਲਾਓ ਜਿਹੜਾ ਚਾਵਲਾਂ ਦਾ ਉਹ ਅਸੀਂ ਬਣਾਉਣ ਲੱਗੇ ਹਾਂ ਆਲੂਆਂ ਨਾਲ ਪੁਲਾਓ ਬਣਾਉਣ ਲੱਗੇ ਆਲੂ ਵਿੱਚ ਪਾ ਲੈਣੇ ਅਤੇ ਨਾ ਜੀ ਨਾ ਮੈਂ ਦਾਣੇ ਲੈਣ ਗਈ ਅਸੀਂ ਅਤੇ ਨਾ ਕਿਉਂਕਿ ਦਾਣੇ ਵੀ ਨਹੀਂ ਮਿਲੇ ਅਤੇ ਧੁੱਪ ਵੀ ਬਹੁਤ ਜ਼ਿਆਦਾ ਆਈ
ਤੇ ਦੁਪਹਿਰ ਨੂੰ ਮੈਂ ਰੋਟੀਆਂ ਲਾਈਆਂ ਫਿਰ ਮੈਂ ਨਾ ਬੱਚਿਆਂ ਨੂੰ ਖਵਾ ਕੇ ਦਾਣਿਆਂ ਲੈ ਗਈਆਂ ਤੇ ਉਸ ਟਾਈਮ ਦੀਆਂ ਹੀ ਸਿਹਤ ਜਿਹੜੀ ਮੈਂ ਬਹੁਤ ਦਰਦ ਹੈਗੀ ਤਾਂ ਵਾਸਤੇ ਮੈਂ ਤਾਂ ਹੁਣ ਰੋਟੀਆਂ ਨਹੀਂ ਬਣਦੀਆਂ ਅਤੇ ਮੈਂ ਬੱਚਿਆਂ ਨੂੰ ਚਾਵਲ ਹੀ ਬਣਾ ਕੇ ਦੇ ਦੇਣੀ ਆ ਰੋਟੀਆਂ ਤਾਂ ਲੇਟ ਹੋ ਜਾਓ ਸਰ ਚਾਵਲ ਮੁੱਕ ਜਲਦੀ ਬਣ ਜਾ ਸਰ ਤਬੀਅਤ ਜਿਹੜੀ ਨਾ ਬਹੁਤ ਜ਼ਿਆਦਾ ਖਰਾਬ ਹੋਈ ਖਲੀ ਹੈ ਚਾਵਲ ਨੇ ਉਹ ਤਿਆਰ ਹੋ ਗਏ ਨੇ ਚਾਵਲ ਬਣ ਗਏ ਤੇ ਬੱਚਿਆਂ ਨੂੰ ਦੇਣੀ ਆ ਚਾਵਲ ਬਣ ਹਾਂਜੀ ਤੇ ਨਾ ਚਾਵਲ ਜਿਹੜੇ ਨੇ ਸਾਡੇ ਬਣ ਗਏ ਨੇ ਅਤੇ ਬੱਚਿਆਂ ਦੇਣੀਆਂ ਖਾ ਲਈ ਸਨ ਉਮੀਦ ਕਰਨੀ ਆ ਅੱਜ ਦੀ ਵੀਡੀਓ ਮੇਰੇ ਭੈਣਾਂ ਵੀਰਾਂ ਨੂੰ ਸਾਡੀ ਜ਼ਰੂਰ ਪਸੰਦ ਆਈ ਅਸੀਂ ਸਾਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ ਸਾਡੀ ਵੀਡੀਓ ਨੂੰ ਐਂਡ ਤੋਂ ਹੀ ਵੇਖਣਾ ਅੱਜ ਦੇ ਵਲੋਗ ਦੀ ਭੈਣਾਂ ਵੀਰਾਂ ਪਹੁੰਚਾਉਣੀ ਇੱਥੇ ਯਾਦ